ਵੱਧ ਰਹੀ ਗਰਮੀ ਨੇ ਲਈ ਇੱਕ ਹੋਰ ਜਾਨ, ਛੱਡ ਕੇ ਦੋ ਬੱਚੇ, ਰੱਬ ਨੂੰ ਪਿਆਰੀ ਹੋਈ ਇੱਕ ਮਾਂ। ਅੱਜ ਅਸੀਂ ਗੱਲ ਕਰਦੇ ਹਾਂ ਧਨੋਲਾ ਦੇ ਰਹਿਣ ਵਾਲੇ ਵਸਨੀਕ ਗੁਰਮੁਖ ਰਾਮ, ਪਿੰਡ ਮਾਨਾ ਪਿੰਡੀ ਦੀ, ਜਿਸ ਦੀ ਪਤਨੀ ਜੱਸੀ ਕੌਰ, ਜੋ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ। ਜੱਸੀ ਕੌਰ ਝੋਨਾ ਲਗਾ ਕੇ ਆਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ ਤੇ ਉਸਦਾ ਪਤੀ ਵੀ ਦਿਹਾੜੀ ਦੱਪੇ ਕਰਕੇ ਸਮਾਂ ਗੁਜ਼ਾਰਦੇ ਸੀ। ਰੋਜ਼ ਦੀ ਤਰ੍ਹਾਂ ਜੱਸੀ ਝੋਨਾ ਲਗਾਉਣ ਲਈ ਗਈ ਤਾਂ ਵੱਧ ਰਹੀ ਗਰਮੀ ਦਾ ਕਹਿਰ ਨਾ ਝੱਲਦੇ ਹੋਏ ਉਹ ਝੋਨਾ ਲਗਾਉਂਦੀ ਹੋਈ ਬੇਹੋਸ਼ ਹੋ ਗਈ। ਉਸੇ ਸਮੇਂ ਉਸਨੂੰ ਸਰਕਾਰੀ ਹਸਪੀਟਲ ਬਰਨਾਲਾ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ, ਬੱਚਿਆਂ ਨੂੰ ਫ੍ਰੀ ਸਹੂਲਤਾਂ ਤੇ ਪਤੀ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਆਪਣਾ ਗੁਜ਼ਾਰਾ ਕਰ ਸਕਣ। ਕੀ ਨਾਮ ਆਪਣਾ ਜੀ? ਮੇਰਾ ਨਾਮ ਗੇਂਦਾ ਸਿੰਘ ਹੈ ਜੀ, ਮਾਨਾ ਪਿੰਡੀ ਚੋਂ ਜੀ। ਗੇਂਦਾ ਸਿੰਘ, ਕੀ ਗੱਲਬਾਤ ਆ ਤੁਸੀਂ ਅੱਜ ਸਰਕਾਰੀ ਹਸਪਤਾਲ ਐਮਰਜੈਂਸੀ ਵਿੱਚ ਆਏ? ਇਹ ਤਾਂ ਜੀ ਝੋਨਾ ਲਾਉਂਦੇ ਸੀ ਜੀ ਉੱਥੇ ਜੀ, ਜ਼ਿਮੀਂਦਾਰਾਂ ਦੇ ਸਾਡੇ ਪਿੰਡ 'ਚ ਹੀ। ਉਹ ਝੋਨਾ ਲਾਉਂਦੀ ਨੂੰ ਗਰਮੀ ਜ਼ਿਆਦਾ ਕਾਰਨ ਜੀ ਚੱਕਰ ਆ ਗਿਆ ਜੀ, ਉਹ ਡਿੱਗ ਪਈ ਉੱਥੇ, ਇੱਥੇ ਹਸਪਤਾਲ 'ਚ ਲਿਆਂਦੀ ਜੀ, ਰਾਤ ਉਹਦੀ ਡੈਥ ਹੋ ਗਈ। ਕਿੰਨੀ ਕੁ ਉਮਰ ਸੀ ਉਹਨਾਂ ਦੀ? ਸਾਰੀ 30 ਸਾਲ ਦੀ, 30-32 ਸਾਲ ਦੀ। ਵਿਆਹ ਹੋਇਆ ਵੈਸੇ ਦਾ? ਹਾਂਜੀ ਹਾਂ, ਦੋ ਬੱਚੇ ਨੇ ਜੀ, ਛੋਟੇ ਛੋਟੇ, ਇੱਕ ਕੁੜੀ ਹੈ ਜੀ, ਇੱਕ ਮੁੰਡਾ ਹੈਗਾ ਜੀ। ਹਾਂਜੀ, ਉਹ ਤਾਂ ਘਰ ਵਾਲਾ ਕੀ ਕੰਮ ਕਰਦਾ? ਉਹ ਇੱਥੇ ਕਿਸੇ ਕੱਪੜੇ ਦੀ ਦੁਕਾਨ ਤੇ ਲੱਗਿਆ ਹੋਇਆ ਜੀ, ਘਰ ਮਜ਼ਦੂਰੀ ਕਰਦਾ, ਮਿਹਨਤ ਮਜ਼ਦੂਰੀ ਕਰਦਾ, ਮਿਹਨਤ ਮਜ਼ਦੂਰੀ। ਛੋਟੇ ਛੋਟੇ ਬੱਚੇ ਨੇ ਜੀ, ਉਹਨਾਂ ਨੂੰ ਕੁਛ ਨਾ ਕੁਛ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਜੀ, ਕੋਈ ਪਰਿਵਾਰ ਦੇ ਕਿਸੇ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਜੀ, ਤਾਂ ਉਹਨਾਂ ਦਾ ਗੁਜ਼ਰ ਬਸਰ ਹੋ ਜੇ। ਬਹੁਤ ਗਰੀਬ ਨੇ, ਉਹੀ ਕੁੜੀ ਸੀ ਝੋਨਾ ਲਾ ਕੇ ਵਿਚਾਰੀ ਬੱਚਿਆਂ ਨੂੰ ਪਾਲਦੀ ਸੀ ਜੀ, ਹੁਣ ਉਹ ਰੱਬ ਕਰ ਬਾਕੀ। ਇੱਥੇ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ, ਮੰਗ ਕਰਦੇ ਹਾਂ ਵੀ ਉਹਦਾ ਕੁਛ ਨਾ ਕੁਛ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਜੀ। ਜਦੋਂ ਕੱਲ੍ਹ ਲੈ ਕੇ ਆਏ ਹੋ, ਪਹਿਲਾਂ ਵੀ ਉਹਨੂੰ ਕੋਈ ਪ੍ਰੋਬਲਮ ਸੀ ਸਰੀਰ? ਨਹੀਂ, ਉਹਨੂੰ ਕੋਈ ਚੰਗੀ ਭਲੀ ਝੋਨਾ ਲਾਉਂਦੀ ਸੀ, ਕੋਈ ਪ੍ਰੋਬਲਮ ਨਹੀਂ ਜੀ। ਪਹਿਲਾਂ ਵੀ ਉਹਨਾਂ ਲਾਇਆ ਝੋਨਾ ਜੀ? ਹਾਂਜੀ, ਆਏ ਸਾਲ ਲਾਉਂਦੀ ਹੈ ਜੀ ਆਏ ਜੀ। ਅਤੇ ਹੁਣ ਤੁਸੀਂ ਜਿਹੜੇ ਤੁਹਾਡੇ ਧਨੌਲੇ ਦੇ ਹੋਰ ਜਿਹੜੇ ਆਮ ਪਾਰਟੀ ਦੇ ਆਗੂ ਨੇ, ਉਹਨਾਂ ਵੱਲੋਂ ਕੋਈ ਸਰਕਾਰੀ ਅਫਸਰ ਜਾਂ ਫਿਰ ਕੋਈ ਮੇਨ ਅਹੁਦੇਦਾਰ ਤੋਂ ਕਿਸੇ ਨੇ ਤੁਹਾਡੇ ਤੱਕ ਰਾਬਤਾ ਕਾਇਮ ਕੀਤਾ? ਨਹੀਂ, ਹਜੇ ਕੋਈ ਨਹੀਂ ਪਹੁੰਚੇ ਸਾਡੇ ਕੋਲ, ਪਹੁੰਚ ਜਾਣਗੇ ਜੀ। ਹਜੇ ਤਾਂ ਅਸੀਂ ਇੱਧਰ ਹੀ ਉਲਝੇ ਹੋਏ ਹਾਂ ਜੀ ਜੀ। ਹਾਂਜੀ, ਹੌਲੀ ਹੌਲੀ ਪਤਾ ਲੱਗੀ ਜਾਂਦਾ ਜਿਵੇਂ ਜਿਵੇਂ ਆਈ ਜਾਂਦੇ ਨੇ। ਬਹੁਤ ਹੀ ਗਰੀਬ ਪਰਿਵਾਰ ਆ, ਛੋਟੇ ਛੋਟੇ ਬੱਚੇ ਆ, ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਇਹਨਾਂ ਨੂੰ ਵੱਧ ਤੋਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਦੇ ਹਸਬੈਂਡ ਨੂੰ ਜਾਂ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ। ਅਸੀਂ ਇੱਕ ਅਪੀਲ ਵੀ ਕਰਦੇ ਹਾਂ ਕਿਸਾਨਾਂ ਨੂੰ ਵੀ ਅਤੇ ਸਰਕਾਰ ਨੂੰ ਵੀ, ਜਿਹੜਾ ਕਿਸਾਨ ਅਤੇ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ, ਇਹਨਾਂ ਬਿਨਾਂ ਨਾ ਕਿਸਾਨ ਚੱਲ ਸਕਦਾ ਨਾ ਮਜ਼ਦੂਰ ਚੱਲ ਸਕਦਾ। ਅਸੀਂ ਤਾਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ, ਜਿੰਨਾ ਚਿਰ ਸਾਨੂੰ ਕੋਈ ਵਿਸ਼ਵਾਸ ਨਹੀਂ ਦਿੰਦੇ ਅਸੀਂ ਉਨਾ ਚਿਰ ਆਪਦਾ ਕੋਈ ਰੂਪ ਰੇਖਾ ਤਿਆਰ ਕਰਾਂਗੇ। ਡੈਥ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਜੀ? ਇਹ ਡੈਥ ਕੱਲ੍ਹ ਸ਼ਾਮੀ ਹੋਈ ਹੈ ਜੀ, 9 ਵਜੇ। ਕੋਈ ਸਰਕਾਰ ਦਾ ਕੋਈ ਨਮੈਂਦਾ? ਨਹੀਂ, ਕੋਈ ਨਮੈਂਦਾ ਨਹੀਂ ਪਹੁੰਚਿਆ ਸਾਡੇ ਕੋਲ। ਤੁਹਾਨੂੰ ਉਮੀਦ ਹੈ ਕਿ ਤੁਹਾਡਾ ਸਾਥ ਦੇਣਗੇ? ਉਮੀਦ ਦੇਖੋ ਸਰਕਾਰਾਂ ਤਾਂ ਹੁੰਦੀਆਂ ਨੇ ਸਭ ਨੂੰ, ਸਾਨੂੰ ਉਮੀਦ ਆ ਜੀ ਵੀ ਸਾਨੂੰ ਕਿਤੇ ਪੁੱਠੇ ਰਾਹ ਨਾ ਚਲਾਉਣ।